ਕਿਤੇ ਕਿਤੇ ਪਿੰਡ ਆ ਬਿਮਾਰੀ ਆਈ ਹਰ ਆਬੂ ਜੀ ਗੱਡੀ ਤੇ ਬਾਰਿਸ਼ ਧੁੱਪ ਗਈ ਕੰਮ ਖਰਾਬ ਸਭ ਤੋਂ ਪਹਿਲਾਂ ਇਹਨੂੰ ਲੈ ਕੇ ਚੱਲਣਾ ਮੋਟਰਸਾਈਕਲਾਂ ਵਾਲੀ ਸ਼ਾਪ ਤੇ ਸਹੀ ਕਰਵਾਉਣਾ ਪਿਛਲਾ ਵਲੌਗ ਤੁਸੀਂ ਵੇਖਿਆ ਹੋਣਾ ਉਸ ਤੋਂ ਬਾਅਦ ਰੈਡੀ ਸ਼ੈਡੀ ਹੋ ਕੇ ਵਲੌਗ ਐਡਿਟ ਕਰਕੇ ਅਪਲੋਡ ਕੀਤਾ ਹੁਣ ਗੱਡੀ ਸਭ ਤੋਂ ਪਹਿਲਾਂ ਸਹੀ ਕਰਾਉਣ ਚਲੀ ਉਸ ਤੋਂ ਬਾਅਦ ਕੋਈ ਰੂਟੀਨ ਚੈੱਕ ਕਰਨੇ ਆ ਇਹਨੂੰ ਚੰਗਾ ਭਲਾ ਲਿਆ ਖਿਲਾ ਰਿਹਾ ਪਤਾ ਨੀ ਕਣੀ ਕੋਈ ਘੁੱਟ ਕੇ ਵੱਜ ਗਈ ਹੁਣ ਭਾਜੀ ਆ ਰੋਡ ਇਹਦਾ ਅੱਜ ਸਾਈਡ ਤੇ ਹੋ ਥੋੜੀ ਜੀ ਗੱਡੀ ਨਿਕਾ ਲਈ ਪਰ ਉਹਨੂੰ ਕੋਈ ਫਿਕਰ ਫਾਕਾ ਨੀ ਮੌਸਮ ਮਾਸ਼ਾਅੱਲਾ ਚਲੋ ਫਿਰ ਉਦੋਂ ਦੱਸਿਆ ਵੀ ਨੀ ਰਾਤੀ ਕਰਾ ਕੇ ਲਿਆ ਕੇ ਉਤੋਂ ਕੱਟ ਕਰਵਾਇਆ ਬਾਰਿਸ਼ ਤੇ ਇੱਥੇ ਨਹਿਰ ਬਣਾ ਖੜੀ ਕਿਆ ਬਾਤ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਸਲਾਮ ਅਲੈਕੁਮ ਕੀ ਹਾਲ ਚਾਲ ਹੈ ਮੇਰੀ ਆਲ ਯੂਟਿਊਬ ਫੈਮਿਲੀ ਦਾ ਸਭ ਠੀਕ ਠਾਕ ਹੋ ਫਿੱਟ ਫਾਟ ਹੋਏ ਵਨ ਨੂੰ ਤਕਰੀਬਨ ਰੋਡ ਤੱਕ ਆ ਗਏ ਇੰਜ ਡੇਰ ਕੇ ਪਸੀਨਾ ਆਉਣ ਲੱਗ ਪਿਆ ਗਰਮੀ ਲੱਗਣ ਲੱਗ ਪਈ ਬਾਰਿਸ਼ ਤੋਂ ਬਾਅਦ ਇਹ ਕਰੀ ਫਿਰ ਵਲਾਗ ਸ਼ੁਰੂ ਹੋਣ ਪਹਿਲਾਂ ਜਲਦੀ ਜਲਦੀ ਕਰ ਲਓ ਸਬਸਕ੍ਰਾਈਬ ਸਬਸਕ੍ਰਾਈਬ ਕਰਕੇ ਵਲਾਗ ਐਂਡ ਤੱਕ ਵਾਚ ਕਰਨਾ ਤਾਂ ਕਿ ਹੁਣ ਲੈ ਕੇ ਚੱਲਦੇ ਹਾਂ ਇਹਨੂੰ ਬਾਬਾ ਜੀ ਥੋੜ੍ਹੀ ਰਹਿ ਗਈ ਦੁਕਾਨ ਉਹ ਸਾਹਮਣੇ ਮਸਜਿਦ ਕੋ ਜਾਣਾ ਰੋਡ ਵੱਲ ਨੂੰ ਅਸਲਾਮ ਅਲੈਕੁਮ ਇਧਰ ਮਿਲਿਆ ਜੀ ਆਪਣਾ ਸਬਸਕ੍ਰਾਈਬਰ ਆਉਂਦਾ ਤੇਲ ਛੇਲ ਦੀ ਤਾਂ ਨਹੀਂ ਜ਼ਰੂਰਤ ਨਹੀਂ ਉਹ ਉੱਥੇ ਚੱਲਿਆ ਵਾ ਪੈਂਚਰ ਹੋਈ ਹੈ ਗੱਡੀ ਲੈਣ ਦੀ ਸ਼ਾਪ ਤੇ ਰਸ਼ ਜ਼ਿਆਦਾ ਤੇ ਬੰਦਾ ਇੱਕ ਵੇਖੋ ਹੁਣ ਕਿੰਨੀ ਦੇਰ ਜ਼ਿਆਦਾ ਟਾਈਮ ਲੱਗਦਾ ਚੌਧਰੀ ਕਿੰਨਾ ਕੁ ਟਾਈਮ ਲੱਗੂਗਾ ਉਹ ਵੇਖਾਂ ਪਾਸਮਾਨ ਪਾਸਮਾਨ ਪੈਂਚਰ ਹਜ਼ਾਰ ਲਾ ਦੇ ਮੈਨੂੰ ਜਲਦੀ ਜਲਦੀ ਹਾਂ ਓਕੇ ਕਰੋ ਆਪਣੀ ਲਾੜੀ ਦੀ ਵਾਰੀ ਆ ਗਈ ਜੀ ਨਵੀਂ ਜਵਾਨਾਂ ਕੋਈ ਕਿੱਲ ਛਿੱਲ ਜਾਂ ਉਂਝ ਕੋਈ ਟੁੱਕ ਲੱਗਾ ਜਾਂ ਵਾਲ ਖਰਾਬ ਵੇਖ ਯਾਰ ਵੇਖ ਚੱਲ ਆਇਆ ਇੱਕ ਲੱਭ ਗਿਆ ਅੱਗੂ ਵੇਖਦਾ ਪਿਆ ਹੋਰ ਵੀ ਮੁੰਡਾ ਤਿੰਨ ਚਿਰ ਜਿਹੜਾ ਨਹੀਂ ਵਿੱਚੋਂ ਇੱਕ ਹੀ ਨਿਕਲਿਆ ਵਾ ਹਾਂ ਕਿੱਥੇ ਵੇ ਉਹ ਥੱਲੇ ਤੀ ਲੱਗ ਪਾਇਆ ਤਿੰਨ ਚਿਰ ਤੇ ਇੱਕ ਹੀ ਨਿਕਲਿਆ ਅਲਹਮਦੁਲਿਲਾ ਬੱਚਤ ਹੀ ਹੋ ਗਈ ਹੈ ਹੁਣ ਟਾਇਰ ਚੈੱਕ ਕਰੇਗਾ ਟਾਇਰ ਦਾ ਵੀ ਸਾਰਾ ਹੱਲ ਕਰ ਹਜੇ ਬਾਬਾ ਜੀ ਤਾਰ ਹੀ ਆ ਕੇਲੇ ਕੋਈ ਚੈੱਕ ਕਰੋ ਇੰਨੇ ਜਿਹੜਾ ਨੀ ਟਾਇਰ ਦੀ ਐਸੀ ਦੀ ਟੈਸੀ ਦੀ ਹੁਣ ਕਰਦੇ ਸੈੱਟ ਹਵਾ ਵੀ ਭਰ ਕਰਤੀ ਜੀ ਅਲਹਮਦੁਲਿਲਾ ਗੱਡੀ ਆਪਣੀ A1 ਕਰਾ ਲਈ ਹੈ ਅਤੇ ਹੁਣ ਜਿਹੜਾ ਨਹੀਂ ਟਾਈਮ ਜਿਹੜਾ ਨਹੀਂ ਕਾਫੀ ਜ਼ਿਆਦਾ ਲੱਗ ਗਿਆ ਪਹਿਲਾਂ ਵੇਟ ਕੀਤਾ ਥੋੜ੍ਹਾ ਜਿਹਾ ਅਤੇ ਉਸ ਤੋਂ ਬਾਅਦ ਅਲਹਮਦੁਲਿਲਾ ਕੰਮ ਖਤਮ ਹੋ ਗਿਆ ਹੁਣ ਚੱਲਦੇ ਬਾਰਿਸ਼ ਕਾਫੀ ਜ਼ਿਆਦਾ ਹੋਈ ਜਿਹਦੀ ਵਜ੍ਹਾ ਤੋਂ ਰੋਡ ਥੋੜ੍ਹੇ ਖਰਾਬ ਚੈੱਕ ਕਰ ਦੱਸਿਓ ਜੀ ਕਿਤੇ ਕਿਤੇ ਪਿੰਡ ਹੈ ਬਿਮਾਰੀ ਆਈ ਹਰ ਜਾਣੇ ਕੋਲ ਹੀ ਹੈ ਚਲੋ ਬਾਈ ਚੱਲ ਵਜਾ ਕਰੋ ਕਰੋ ਤੂੰ ਘਰ ਫੜ ਐ ਵੇ ਆਦਰ ਉਹ ਜੀ ਹੋਏ ਆਦਰ ਚੱਲ ਹੁਣ ਤੂੰ ਉਹ ਵੇ ਨਹੀਂ ਬਾਈ ਨਹੀਂ ਹਾਏ 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 ਕੱਲ੍ਹ ਤੁਹਾਨੂੰ ਪਤਾ ਸੁਬਹ ਵਲਾਗ ਬਣਾਇਆ ਸੀ ਅਤੇ ਸ਼ਾਮ ਦੇ ਟਾਈਮ ਜਿਹੜਾ ਨਹੀਂ ਮਿਲੀ ਸੀ ਇੱਕ ਬੈਡ ਨਿਊਜ਼ ਮੇਰਾ ਇੱਕ ਬਹੁਤ ਹੀ ਜਿਹੜਾ ਨਹੀਂ ਅੱਛਾ ਦੋਸਤ ਉਹਦਾ ਜਿਹੜਾ ਨਹੀਂ ਅੱਬੂ ਹੋਰਾਂ ਦੀ ਡੈਥ ਹੋਈ ਇੱਥੇ ਨਾਲ ਹੀ ਮੁਹੱਲੇ 'ਚ
ਤੇ ਜਿਹੜਾ ਨੀ ਕੱਲ ਵੀ ਸਾਰੀ ਰਾਤ ਉੱਥੇ ਦਿਨ ਵੀ ਉੱਥੇ ਤੇ ਹੁਣ ਜਿਹੜਾ ਨਹੀਂ ਆਇਆ ਹਾਂ ਤੇ ਕੱਲ ਜਿਹੜਾ ਵਲੋਗ ਬਣਾਉਣਾ ਸੀ ਉਹ ਰਹਿ ਗਿਆ ਸੀ ਪੈਂਡਿੰਗ 'ਚ ਤੇ ਬਾਕੀ ਸਾਰੇ ਜਿਹਨੇ ਦਵਾ ਕਰਿਓ ਉਹਨਾਂ ਨੂੰ ਅੱਲਾ ਪਾਕ ਜਿਹਨੇ ਫਿਰਦੋਸ ਚਾਲਮ ਕਾਮਤਾ ਫਰਮਾਏ ਤੇ ਉਹਨਾਂ ਦੀ ਮਾਰਕੀਟ ਫਰਮਾਏ ਆਬੂ ਜੀ ਹੋਣਾ ਦਾ ਮੋਬਾਈਲ ਜਿਹੜਾ ਨਹੀਂ ਗਵਾਚ ਗਿਆ ਸੀ ਕਿਤੇ ਬਾਹਰ ਹੀ ਆਬੂ ਜੀ ਹੋਣਾ ਦੋ ਤਿੰਨ ਮੋਬਾਈਲ ਐਂਜੀ ਕਦੀ ਇੱਧਰ ਅਤੇ ਕਦੀ ਉੱਧਰ ਅਤੇ ਮੈਨੂੰ ਆਉਂਦੇ ਹਨ ਕਿ ਮੋਬਾਈਲ ਦਾ ਜਿਹੜਾ ਨਹੀਂ ਕੁਛ ਕਰੋ ਕਿ ਹੁਣ ਜਿਹੜਾ ਨਹੀਂ ਮੈਂ ਸੋਚਿਆ ਇੱਕ ਪ੍ਰੈਂਕ ਵੇਖਿਓ ਇਨਸ਼ਾਅੱਲਾ ਮੋਬਾਈਲ ਲਵਾਂਗੇ ਵੀ ਉਹਨਾਂ ਮੈਨੂੰ ਕਿਹਾ ਵੀ ਸੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਟਾਈਮ ਜਾਣ ਤਕਰੀਬਨ ਰਾਤ 11:30 ਦਾ ਹੋ ਗਿਆ ਅਤੇ ਆਬੂ ਜੀ ਹੋਰੀ ਸੁੱਤੇ ਨੂੰ ਮੈਂ ਕਿਹਾ ਠਾਕ ਦਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਲਿਆ ਬੋਕਸ ਇਹ ਵਾਲਾ ਆਬੂ ਜੀ ਹੋਰਾਂ ਨੂੰ ਮੋਬਾਈਲ ਲੈ ਕੇ ਦੇਣਾ ਇਨਸ਼ਾਅੱਲਾ ਨਿਊ ਇੱਕ ਦੋ ਦਿਨ ਦੇ ਵਿੱਚ ਅਤੇ ਉਸ ਤੋਂ ਪਹਿਲਾਂ ਮੈਂ ਕਿਹਾ ਇੱਕ ਪ੍ਰੈਂਕ 'ਤੇ ਕਰੀਏ ਥੋੜ੍ਹਾ ਜਿਹਾ ਅਤੇ ਬਾਕੀ ਇਹ ਡੱਬਾ ਅਤੇ ਇਹਦੇ ਵਿੱਚ ਮੈਂ ਇਹਨਾਂ ਕੀ ਸੋਚੀਏ ਆਬੂ ਜੀ ਹੋਰਾਂ ਨੂੰ ਵੀ ਹੱਲ ਕਰਕੇ ਇਹਦੇ ਵਿੱਚ ਇਹਨੂੰ ਰੱਖ ਲਿਆ ਇੱਧਰ ਤੇ ਚੈੱਕ ਕਰੋ ਬਾਬਾ ਜੀ ਹਾਏ 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 ਹਾਂਜੀ ਇਹ ਚੈੱਕ ਕਰੋ ਲੱਗਦਾ ਨਾ ਪੂਰਾ ਬ੍ਰਾਂਡ ਨਿਊ ਆਈਫੋਨ ਬਾਕੀ ਆਬੂ ਜੀ ਹੋਣਾ ਦੀ ਫਿਰ ਇੱਕ ਵਾਰੀ ਦੱਸਦਾ ਮੋਬਾਈਲ ਲੈਣਾ ਇੱਕ ਦੋ ਦਿਨ ਤੱਕ ਦੱਸੋ ਕਿਹੜਾ ਵੀ ਐਂਡਰਾਇਡ ਸਹੀ ਹੈ ਕਮੈਂਟ ਕਰਕੇ ਉਸ ਤੋਂ ਪਹਿਲਾਂ ਦਈਏ ਜਿਹੜਾ ਨਹੀਂ ਸਰਪ੍ਰਾਈਜ਼ ਹਾਂ ਬਟੀ ਨਾ ਠੀਕ ਹੈ ਇੱਧਰ ਚੈੱਕ ਕਰ 15 ਪ੍ਰੋ ਮੈਕਸ ਲੈ ਕੇ ਆਇਆ ਆਬੂ ਜੀ ਹੋਣਾ ਨੇ ਤੈਨੂੰ ਪਤਾ ਉਹਨਾਂ ਦਾ ਮੋਬਾਈਲ ਗਵਾਚ ਗਿਆ ਵੇਖ ਲੈ ਖੋਲ ਕੇ ਤੇਰੇ ਨਾਲ ਕੋਈ ਮਜ਼ਾਕ ਤੂੰ ਤੇ ਪ੍ਰੋਗਰਾਮ ਹੀ ਵਾੜ ਛੜਿਆ ਸਾਰਾ 15 ਪ੍ਰੋ ਮੈਕਸ ਨਾ ਮੈਨੂੰ ਯਾਰ ਆਬੂ ਜੀ ਇਹ ਤੁਹਾਡਾ ਮੋਬਾਈਲ ਜਿਹੜਾ ਗਵਾਚਿਆ ਲੱਭ ਗਿਆ ਜੀ ਹੈਂ ਉੱਚੀ ਬੋਲੋ ਹਥੋੜੀ ਜੀ ਕਿੱਥੋਂ ਆ ਬੰਦੇ ਇੱਕ ਨੂੰ ਕਿਹਾ ਸੀ ਉਹਨੇ ਜਿਹੜਾ ਨਹੀਂ ਤੁਹਾਡੇ ਲਈ ਨਵਾਂ ਉਹ ਤਾਂ ਨਵਾਂ 15 ਪ੍ਰੋ ਮੈਕਸ ਦੇ ਜੇ ਇਹ ਦੇਖੋ 15 ਪ੍ਰੋ ਮੈਕਸ ਨਵਾਂ ਚੈੱਕ ਕਰ ਦਿਓ ਉੱਠ ਕੇ ਉੱਠੋ ਤਾਂ ਸਹੀ ਤੁਹਾਡੇ ਲਈ ਏਡਾ ਵੱਡਾ ਸਰਪ੍ਰਾਈਜ਼ ਲਿਆਂਦਾ ਕੁਝ ਉਹਦੀ ਉੱਠਦੇ ਨਹੀਂ ਉੱਠ ਪੋ ਸੁੱਤੇ ਹੋ ਸਾਰੇ ਛਾਤੇ ਸੁੱਤੇ ਨੇ ਤੁਸੀਂ ਥੱਲੇ ਆ ਗਲੇ ਦੇ ਹੈਲੋ ਪਹਿਲਾਂ ਦੱਸੋ ਮੋਬਾਈਲ ਤੁਹਾਨੂੰ ਇਹੋ ਚਾਹੀਦਾ ਜਾਂ ਚਲਾ ਲਓਗੇ ਨਾ ਆਈਫੋਨ ਨੂੰ ਨਹੀਂ ਆ ਚਾਹੀਦਾ ਉਹ ਨੋ ਹੀ ਸਹੀ ਹੈ ਕਿਹੜਾ ਉਹ ਗਵਾਚ ਗਿਆ ਉਹ ਹੁਣ ਕਿੱਥੇ ਲਿਆਈ ਹੈ ਉਹ ਜਦੋਂ ਕੋਈ ਲੈ ਦੇ ਉਹਨੂੰ ਇਹ ਹੋ ਜਾਣੀ ਚਾਹੀਦੀ ਚਲੋ ਇਹ ਚਲਾਓ ਨਾ 5 ਲੱਖ ਦਾ ਮੋਬਾਈਲ ਲਿਆਂਦਾ ਤੁਹਾਡੇ ਲਈ ਤੁਸੀਂ ਉਹ ਵੇਖੋ ਉੱਤੇ ਲਿਖਿਆ 512 GB ਹੈਲੋ ਹੈਲੋ ਹੋਸ਼ ਪੜੋ ਆਬੂ ਜੀ ਐਡਾ ਮਹਿੰਗਾ ਮੋਬਾਈਲ ਲਿਆਂਦਾ ਤੁਹਾਡੇ ਲਈ ਆਪਣੇ ਤਰ੍ਹਾਂ ਦਾ ਮੋਬਾਈਲ ਲਿਆ ਕੇ ਦਿੱਤਾ ਖੋਲ ਕੇ ਚੈੱਕ ਨਹੀਂ ਕਰਨਾ ਵੇਖ ਲੈਣਾ ਹੈਲੋ ਕੀ ਹੈ
ਗੁਆਚਿਆ ਨਾ ਮੈਂ ਕਿਹਾ ਹੁਣ ਇਹਦੇ ਰਹਿ ਚ ਲਾ ਲਓ ਮੇਰੇ ਵਾਲਾ ਦੂਸਰਾ ਅਗਲਾ ਅਸ ਟੁੱਟਿਆ ਤੂੰ ਐਕਸਪੀਰੀਅੰਸ ਹੋ ਗਿਆ ਹੁਣ ਗੁੱਸਾ ਹੀ ਨੀ ਕਰਦੇ ਪੱਕੀ ਗੱਲ ਨਵੇਂ ਲੈਣਾ ਚੱਲ ਆਈਆ ਸੋਈਓ ਬਾਕੀ ਜੋ ਸੋਚਿਆ ਹੁਣ ਜਿਦਾ ਕਿਹੜੇ ਐਕਸ਼ਨ ਤੇ ਨੀ ਲੱਭਾ ਬਸ ਨਜ਼ਰਾਂ ਨਜ਼ਰਾਂ 'ਚ ਗੁੱਸਾ ਕੀਤਾ ਮਤਲਬ ਸਮਝ ਆ ਗਈ ਹੁਣ ਉਹਦੇ ਅੱਬੂ ਜੀ ਹੋਰਾਂ ਨੂੰ ਕਿਉਂਕਿ ਪੜੰਗ ਪੜੂੰ ਵੀ ਉਹ ਪਤਾ ਨਹੀਂ ਜੋ ਵੀ ਆਉਂਦੇ ਨੇ ਮੈਨੂੰ ਮੋਬਾਇਲ ਨਵਾਂ ਹੀ ਚਾਹੀਦਾ ਕੋਈ ਆ ਵੀ ਨਹੀਂ ਰੱਖਿਆ ਜਿੰਨੀ ਮੈਂ ਕਿਹਾ ਜਿੰਨੀ ਦੇਰ ਨਹੀਂ ਕੋਈ ਲੈਂਦੇ ਨਵਾਂ ਵਾਲਾ ਚਲਾ ਲਓ ਮੇਰੇ ਵਾਲਾ ਪੁਰਾਣਾ ਨੈੱਟ ਲਈ ਜਿਹੜਾ ਮੈਂ ਰੱਖਿਆ ਆਉਂਦੇ ਨੇ ਨਹੀਂ ਮੈਨੂੰ ਨਵਾਂ ਹੀ ਚਾਹੀਦਾ ਬਾਕੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਫਿਰ ਐਂਡਰਾਇਡ ਚੰਗਾ ਫਿਰ ਲਿਆਵਾਂਗੇ ਇਨਸ਼ਾਅੱਲਾ।